ਸੂਬੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਅੱਜ ਪੁਲਿਸ ਨੇ ਪੂਰੇ ਪੰਜਾਬ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਆਪਰੇਸ਼ਨ ਦੇ ਤਹਿਤ ਪੰਜਾਬ ਪੁਲਿਸ ਰੇਲਵੇ ਸਟੇਸ਼ਨਾਂ ਬੱਸ ਬੱਸ ਸਟੈਂਡ ਅਤੇ ਹੋਟਲਾਂ ਸਣੇ ਸੰਵੇਦਨਸ਼ੀਲ ਥਾਵਾਂ ਤੇ ਘੇਰਾਬੰਦੀ ਤੇ ਸਰਚ ਆਪਰੇਸ਼ਨ ਕਰਦੀ ਦੇਖੀ ਗਈ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਬਹੁਤ ਹੀ ਸਖਤ ਤਰੀਕੇ ਦੇ ਨਾਲ ਚੈਕਿੰਗ ਕੀਤੀ ਸ਼ੱਕੀ ਵਿਅਕਤੀਆਂ ਦੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ ਇਸ ਤਹਿਤ ਮਾਨਸਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਨਸ਼ਿਆਂ ਖਿਲਾਫ ਤਲਾਸ਼ੀ ਮੁਹਿੰਮ ਚਲਾਈ ਗਈ ਕਈ ਘਰਾਣੇ ਵਿੱਚ ਤਲਾਸ਼ੀ ਲੈ ਕੇ ਬਰੀਕੀ ਦੇ ਨਾਲ ਛਾਣਬੀਣ ਕੀਤੀ ਗਈ ਮਾਨਸਾ ਬੁੜਲਾਡਾ ਸਰਦੂਲਗੜ ਸਮੇਤ 6 ਥਾਵਾਂ ਤੇ ਸਰਚ ਮੁਹਿੰਮ ਸਰਚ ਮੁਹਿੰਮ ਚਲਾਈ ਗਈ ਨਸ਼ੇ ਦੇ ਸਮਗਲਰਾਂ ਤੇ ਨਕੀਲ ਕਸੰਦ ਲਈ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਦੇ ਵੱਲੋਂ ਤਲਾਸ਼ੀ ਲਈ ਗਈ ਇਸ ਤਰ੍ਹਾਂ ਮਾਨਸਾ ਦੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਕਈ ਲੋਕਾਂ ਉੱਤੇ ਮਾਮਲੇ ਦਰਜ ਨੇ ਕਈ ਵੇਚਦੇ ਹਨ ਜਾਂ ਫਿਰ ਕੋਈ ਨਸ਼ਿਆਂ ਦੇ ਮਾਮਲੇ ਦੇ ਵਿੱਚ ਜੇਲ੍ਹ ਜਾ ਕੇ ਆਏ ਨੇ ਉਹਨਾਂ ਦੇ ਘਰਾਂ ਦੇ ਵਿੱਚ ਤਲਾਸ਼ੀ ਲਈ ਗਈ ਹੋਈ ਹੈ ਅਤੇ ਲਈ ਗਈ ਹੈ ਅਤੇ ਸ਼ਾਮ ਤੱਕ ਹਰੇਕ ਜ਼ਿਲ੍ਹੇ ਦੀ ਪੁਲਿਸ ਨੇ ਜੋ-ਜੋ ਰਿਕਵਰੀ ਕੀਤੀ ਸੀ ਉਸ ਦੀ ਜਾਣਕਾਰੀ ਆਪੋ ਆਪਣੇ ਟਵਿੱਟਰ ਹੈਂਡਲ ਤੇ ਸਾਂਝੀ ਕੀਤੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਸਰਚ ਮੁਹਿੰਮ ਚਲਾਈ ਗਈ ਹੈ ਸੋ ਇੱਕ ਪਾਸੇ ਤਾਂ ਪੰਜਾਬ ਪੁਲਿਸ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਪੁੱਟਣ ਦੇ ਦਾਅਵੇ ਦੇ ਨਾਲ ਸਮੇਂ-ਸਮੇਂ ਦੇ ਉੱਤੇ ਸਰਚ ਮੁਹਿੰਮ ਚਲਾਉਂਦੀ ਰਹਿੰਦੀ ਹੈ ਪਰ ਦੂਸਰੇ ਪਾਸੇ ਜਿਹੜੇ ਨਸ਼ੇ ਦੇ ਸਰਦਾਰ ਫੜੇ ਜਾਂਦੇ ਨੇ ਨਸ਼ੇ ਦੇ ਤਸਕਰ ਫੜੇ ਜਾਂਦੇ ਨੇ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਪੁਲਿਸ ਜਿਹੜੇ ਨਸ਼ਾ ਤਸਕਰ ਨੂੰ ਫੜਵਾਉਂਦੇ ਨੇ ਉਹਨਾਂ ਤੇ ਕਿਉਂ ਸ਼ਿਕੰਜਾ ਕੱਸ ਲੈਂਦੀ ਹੈ ਮਾਨਸਾ ਦੇ ਵਿੱਚ ਪਰਵਿੰਦਰ ਸਿੰਘ ਝੋਟੇ ਦਾ ਜਿਹੜਾ ਮਸਲਾ ਹੈ ਉਸ ਨੂੰ ਦੇਖ ਕੇ ਸੁਣ ਕੇ ਇਹ ਸਵਾਲ ਜ਼ਰੂਰ ਮਨ ਦੇ ਵਿੱਚ ਆਉਂਦਾ ਹੈ ਤੇ ਦੂਸਰੇ ਪਾਸੇ ਇਹ ਵੀ ਸਵਾਲ ਆਉਂਦਾ ਹੈ ਕਿ ਜੇ ਪੰਜਾਬ ਪੁਲਿਸ ਨਸ਼ੇ ਨੂੰ ਖਤਮ ਕਰਨ ਦੇ ਲਈ ਇੰਨੀ ਗੰਭੀਰ ਹੈ ਤਾਂ ਜਲੰਧਰ ਸ਼ਹਿਰ ਦੇ ਵਿੱਚ ਕੀ ਹੋਇਆ ਹੈ ਤਾਜ਼ਾ ਮਾਮਲਾ ਬਸਤੀਆਂ ਖੇਤਰ ਦੇ ਵਿੱਚ ਪੈਣ ਵਾਲੇ ਜਨਕਨਗਰ ਤੋਂ ਸਾਹਮਣੇ ਆਇਆ ਜਿੱਥੇ ਕੁੱਤਾ ਘਮਾਉਣ ਨਿਕਲੀ ਇੱਕ ਕੁੜੀ ਨੂੰ ਜ਼ਬਰਦਸਤੀ ਨਸ਼ੇੜੀਆਂ ਨੇ ਫੜ ਕੇ ਨਸ਼ੇ ਦਾ ਟੀਕਾ ਲਾ ਦਿੱਤਾ ਇਹ ਬਹੁਤ ਹਰਾਨੀ ਜਨਕ ਹੈ ਪਹਿਲੀ ਵਾਰੀ ਇਹੋ ਜੀ ਘਟਨਾ ਜਿਹੜੀ ਸੁਣੀ ਹੈ ਪੰਜਾਬ ਦੇ ਵਿੱਚ ਕਿ ਇੱਕ ਕੁੜੀ ਜਨਤਕ ਤੌਰ ਤੇ ਜੇ ਵਿਚਰ ਰਹੀ ਹੈ ਉਸ ਨੂੰ ਫੜ ਕੇ ਨਸ਼ੇ ਦਾ ਟੀਕਾ ਹੀ ਲਾ ਦਿੱਤਾ ਗਿਆ ਇਹ ਨਸ਼ੇੜੀ ਆਪ ਨਸ਼ਾ ਕਰ ਰਹੇ ਸਨ ਇਸ ਤਰ੍ਹਾਂ ਉਹਨਾਂ ਦੀ ਨਜ਼ਰ ਇਸ ਕੁੜੀ ਤੇ ਪਈ ਉਹਦਾ ਮੂੰਹ ਬੰਦ ਕਰਕੇ ਧੱਕੇ ਨਾਲ ਇੱਕ ਕੋਨੇ ਤੇ ਲੈ ਗਏ ਤੇ ਨਸ਼ੇ ਦਾ ਇੰਜੈਕਸ਼ਨ ਲਾ ਦਿੱਤਾ ਬੜੀ ਮੁਸ਼ਕਲ ਦੇ ਨਾਲ ਇਹ ਕੁੜੀ ਨਸ਼ੇੜੀਆਂ ਦੇ ਚੁੰਗਲ ਚੋਂ ਬਚੀ ਘਰ ਪਹੁੰਚੀ ਪੂਰੀ ਤਰ੍ਹਾਂ ਦੇ ਨਾਲ ਸੈਮੀ ਕੁੜੀ ਨੂੰ ਜਦੋਂ ਪਰਿਵਾਰ ਨੇ ਪੁੱਛਿਆ ਤਾਂ ਨਸ਼ੇੜੀਆਂ ਦੀ ਕਰਤੂਤ ਦੱਸੀ ਇਸ ਤੋਂ ਬਾਅਦ ਮਹੱਲੇ ਦੇ ਲੋਕਾਂ ਨੇ ਉਵੇਂ ਛੇੜੀਆਂ ਨੂੰ ਫੜ ਲਿਆ ਚੰਗੀ ਤਰ੍ਹਾਂ ਦੇ ਨਾਲ ਉਹਨਾਂ ਦੀ ਛੇਤਰ ਪ੍ਰੇੜ ਕੀਤੀ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਸੋ ਇੱਥੇ ਸਵਾਲ ਹੈ ਕਿ ਪੁਲਿਸ ਦੇ ਹੱਥ ਵਿੱਚ ਲੋਕਾਂ ਨੇ ਖੁਦ ਇਹਨਾਂ ਨੂੰ ਦਿੱਤਾ ਹੈ ਇਹਨਾਂ ਦੇ ਖਿਲਾਫ ਪੁਲਿਸ ਕੀ ਕਾਰਵਾਈ ਕਰੂਗੀ ਕੋਈ ਮਿਸਾਲੀ ਕਾਰਵਾਈ ਸਾਹਮਣੇ ਆਉਗੀ ਜਾਂ ਫਿਰ ਨਹੀਂ ਕਿਤੇ ਇਹ ਤਾਂ ਨਹੀਂ ਕਿ ਨੈਕਸਸ ਦੇ ਵਿੱਚ ਇਹ ਪੁਲਿਸ ਵਾਲੇ ਵੀ ਫਸੇ ਹੋਣ ਕਿਉਂਕਿ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਅਸੀਂ ਨਸ਼ਿਆਂ ਤੇ ਖਾਸ ਕਵਰੇਜ ਕੀਤੀ ਸੀ ਜਿਸ ਦੇ ਵਿੱਚ ਇਹ ਸਿੱਧ ਹੁੰਦਾ ਸੀ ਕਿ ਪੰਜਾਬ ਦੇ ਵਿੱਚ ਨੈਕਸਸ ਚਲ ਰਹੇ ਹੈ ਨਸ਼ਾ ਤਸਕਰ ਪੁਲਿਸ ਅਤੇ ਸਿਆਸਦਾਨ ਇਹਨਾਂ ਤਿੰਨਾਂ ਦੇ ਨੈਕਸਸ ਤੋਂ ਬਿਨਾ ਕਿਸੇ ਵੀ ਸੂਬੇ ਦੇ ਵਿੱਚ ਆਪਾਂ ਦੇਖ ਲਈਏ ਨਸ਼ਾ ਨਹੀਂ ਪਨਪ ਸਕਦਾ ਕਿਉਂਕਿ ਨਸ਼ਾ ਪੰਜਾਬ 'ਚ ਨਹੀਂ ਬਣਦਾ ਨਸ਼ਾ ਬਾਹਰਲੇ ਸੂਬਿਆਂ ਤੋਂ ਆਉਂਦਾ ਹੈ ਬਾਹਰਲੇ ਮੁਲਕਾਂ ਤੋਂ ਆਉਂਦਾ ਹੈ ਬਾਰਡਰ ਟੱਪ ਕੇ ਫਿਰ ਕਿਵੇਂ ਸੂਬੇ ਦੇ ਵਿੱਚ ਐਂਟਰ ਕਰ ਜਾਂਦਾ ਕਿਵੇਂ ਕਿਉਂ ਪੰਜਾਬ ਦੇ ਵਿੱਚ ਹੀ ਸਭ ਤੋਂ ਵੱਧ ਚਿੱਟਾ ਵੇਚਦਾ ਹੈ ਆਸ-ਪਾਸ ਕਿੰਨੇ ਸੂਬੇ ਨੇ ਉੱਥੇ ਕਦੇ ਚਿੱਟੇ ਦੀਆਂ ਇਹੋ ਜਿਹੀਆਂ ਖਬਰਾਂ ਤੁਸੀਂ ਸੁਣੀਆਂ ਨੇ ਜਿਹੜੀਆਂ ਇੱਥੇ ਸੁਣਨ ਨੂੰ ਮਿਲਦੀਆਂ ਨੇ ਕਿਉਂ ਪੰਜਾਬ ਦੇ ਪਿੰਡ-ਪਿੰਡ ਦੇ ਵਿੱਚ ਨੌਜਵਾਨ ਨਸ਼ਾ ਲੈ ਰਹੇ ਨੇ ਚਿੱਟੇ ਦੀ ਡੋਜ਼ ਲੈ ਰਹੇ ਨੇ ਸੋ ਇਹ ਸਭ ਕੁਝ ਨੈਕਸਸ ਤੋਂ ਤਾਂ ਹੋ ਨਹੀਂ ਸਕਦਾ ਪਰ ਇਸ ਦੀ ਇਸ ਦਾ ਇਸ ਦਾ ਖੁਲਾਸਾ ਕੌਣ ਕਰੂਗਾ ਇਸ ਨੂੰ ਕੌਣ ਤੋੜੇਗਾ ਇਸ ਦੀ ਉਡੀਕ ਹਰ ਪੰਜਾਬੀ ਨੂੰ ਰਹੇਗੀ ਸੋ ਕੁੜੀ ਦੇ ਨਾਲ ਜਿਹੜੀ ਵਾਪਰੀ ਘਟਨਾ ਹੈ ਬਹੁਤ ਹੀ ਖੌਫਨਾਕ ਹੈ ਇਹ ਤੋਂ ਸਾਬਤ ਹੁੰਦਾ ਕਿ ਨਸ਼ੇੜੀ ਸਿਰਫ ਆਪਣੇ ਲਈ ਹੀ ਨਹੀਂ ਬਲਕਿ ਹੁਣ ਦੂਸਰਿਆਂ ਨੂੰ ਵੀ ਨੁਕਸਾਨ ਪਹੁੰਚਾਉਣ ਲੱਗ ਗਏ ਨੇ ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇੱਥੇ ਤਾਂ ਨਸ਼ਿਆਂ ਨੂੰ ਲੈ ਕੇ ਬਹੁਤ ਹੀ ਮੰਦਾ ਹਾਲ ਹੈ ਆਟੋ ਵਿੱਚ ਸਵਾਰ ਹੋ ਕੇ ਨੌਜਵਾਨ 10 ਤੋਂ 12 ਬੰਦਿਆਂ ਦੇ ਟੋਲਿਆਂ ਦੇ ਵਿੱਚ ਆਉਂਦੇ ਨੇ ਚਿੱਟੇ ਦਾ ਨਸ਼ਾ ਸ਼ਰਿਆਮ ਕਰਦੇ ਨੇ ਕਈ ਵਾਰੀ ਲੋਕ ਕਹਿੰਦੇ ਅਸੀਂ ਪੁਲਿਸ ਦੱਸ ਚੁੱਕੇ ਆ ਪਰ ਕੋਈ ਐਕਸ਼ਨ ਨਹੀਂ ਹੁੰਦਾ ਇੱਕ ਤਸਵੀਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਵੱਡੀ ਖੇੜੀ ਦੇ ਮੁੱਛਫਟ ਗੱਬਰੂ ਦੀ ਸਾਂਝੀ ਕੀਤੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੁੱਖ ਭਰੇ ਅੰਦਾਜ਼ ਦੇ ਵਿੱਚ ਟਵੀਟ ਕੀਤਾ ਹੈ ਕਿ ਇਹ ਨੌਜਵਾਨ ਮਹਿਸ ਹਲੇ 19ਵੇਂ ਸਾਲ ਦੇ ਵਿੱਚ ਚਿੱਟੇ ਦੀ ਭੇਂਟ ਚੜ ਗਿਆ ਇਹ ਜੋ ਛੋਟੇ ਛੋਟੇ ਜਵਾਕਾਂ ਦਾ ਨਸ਼ੇ ਦੀ ਦਲਦਲ ਵਿੱਚ ਫਸਣਾ ਹੈ ਬੜੀ ਚਿੰਤਾ ਦੀ ਗੱਲ ਹੈ ਮਾਪਿਆਂ ਦਾ ਇਕਲੌਤਾ ਪੁੱਤ ਸੀ ਉਹਨਾਂ ਦਾ ਹਾਲ ਦੇਖ ਨਹੀਂ ਹੋਣਾ ਕੌਣ ਵੇਕਾਉਂਦਾ ਹੈ ਹੁਣ ਨਸ਼ਾ ਕੁਛ ਤਾਂ ਬੋਲੋ ਭਗਵੰਤ ਮਾਨ ਜੀ ਨੌਜਵਾਨੀ ਖਤਮ ਹੋ ਰਹੀ ਹੈ ਸੋ ਜਿਹੜੀ ਸੱਤਾ ਦੇ ਵਿੱਚ ਹੁੰਦੀ ਹੈ ਪਾਰਟੀ ਉਸ ਨੂੰ ਸਵਾਲ ਉੱਠਣੇ ਲਾਜ਼ਮੀ ਨੇ ਜਦੋਂ ਜਿਹੜਾ ਜਿਹੜੇ ਨੌਜਵਾਨ ਨੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸ ਰਹੇ ਹੋਣ